ਬਾਸਕਟਬਾਲ ਦੇ ਖੇਤਰ ਵਿੱਚ ਭਾਰਤ ਦਾ ਨਾਮ ਵਰਲਡ ਲੈਵਲ ਤੇ ਚਮਕਾਉਣ ਵਾਲੇ ਸਤਨਾਮ ਸਿੰਘ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਸਟੇਟ ਪੱਧਰੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਕੀ ਕਹਿਣਾ ਇਸ ਮੌਕੇ ਸਤਨਾਮ ਜੀ ਤੁਹਾਨੂੰ ਪੰਜਾਬ ਸਰਕਾਰ ਨੇ ਰਾਜ ਪੱਧਰੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ 15 ਅਗਸਤ ਤੇ ਤੁਹਾਡਾ ਕੀ ਕਹਿਣਾ ਇਸ ਮੌਕੇ ਮੈਂ ਇਸ ਟਾਈਮ ਬਹੁਤ ਖੁਸ਼ ਹਾਂ ਸੀ ਜਦੋਂ ਉਹਨਾਂ ਨੇ ਸਨਮਾਨਿਤ ਕੀਤਾ ਤੇ ਚੰਗਾ ਉਹਨਾਂ ਨੇ ਮੈਨੂੰ ਪਿਆਰ ਵੀ ਦਿੱਤਾ ਇੱਥੇ ਆਉਂਦਾ ਜੀ ਤੇ ਮੈਂ ਸੋਚਿਆ ਨਹੀਂ ਸੀ ਮੈਨੂੰ ਸਮਾਨ ਤੂਗਾ ਮੈਂ ਤਾਂ ਸੀਗਾ ਮੈਂ ਆਇਆ ਤੇ ਆਪਣੀ ਮੋਮ ਡੈਡ ਨਾਲ ਫੈਮਲੀ ਆਪਣੇ ਕੋਚਾਂ ਮਿਲ ਕੇ ਚਲਾ ਜਾਊਂਗਾ ਪਰ ਇਹ ਮੈਨੂੰ ਨਹੀਂ ਪਤਾ ਕਿ ਮੈਂ ਸਮਾਨ ਵੀ ਦੇਣਗੇ ਤੇ ਮੈਂ ਇਸ ਨਾਲ ਬਹੁਤ ਖੁਸ਼ ਹਾਂ ਕਿ ਮੇਰੇ ਮੋਮ ਡੈਡ ਮੈਂ ਫਾਦਰ ਜੀ ਵੀ ਆਏ ਹੋਏ ਨੇ ਇੱਥੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਵੀ ਹਾਂ ਵੀ ਸਾਡੇ ਬੱਚੇ ਨੂੰ ਸਮਾਨ ਹੋਇਆ ਇੱਥੇ ਭਾਰਤ ਦੇ ਵਿੱਚ ਬਾਸਕਟ ਦੇ ਬਾਲ ਦੇ ਭਵਿੱਖ ਨੂੰ ਤੁਸੀਂ ਕਿਸ ਨਜ਼ਰੀ ਨਾਲ ਦੇਖਦੇ ਹੋ ਕਿਉਂਕਿ ਭਾਰਤ ਦੇ ਵਿੱਚ ਇਸ ਟਾਈਮ ਦੇ ਬਹੁਤ ਫਰਕ ਹੈ ਅੱਗੇ ਤਾਂ ਕਿਉਂਕਿ ਬਾਸਕਟ ਕਾਫੀ ਜਾਣਦੇ ਨਹੀਂ ਸੀਗੇ ਹੁਣ ਤਾਂ ਹਰ ਪਬਲਿਕ ਜਾਣ ਲੱਗ ਗਈ ਬਾਸਕਟ ਦੇ ਕੋਈ ਪਲੇਅਰ ਹੈਗੇ ਨੇ ਜਿਹੜੇ ਅੱਗੇ ਆ ਸਕਦੇ ਆ ਤੇ ਮੈਂ ਵੀ ਇਸੇ ਕੋਸ਼ਿਸ਼ 'ਚ ਲੱਗਿਆ ਹੋਇਆ ਸੀਗਾ ਵੀ ਆਪਣੇ ਜਿਹੜੇ ਬਾਸਕਟਬਾਲ ਨੂੰ ਹੋਰ ਅੱਗੇ ਲੱਗ ਜਾਣ ਤੁਸੀਂ ਅਮਰੀਕਾ ਖੇਡਦੇ ਹੋ ਬਾਸਕਟਬਾਲ ਕੀ ਕਮੀਆਂ ਤੁਹਾਨੂੰ ਸਾਡੇ ਦੇਸ਼ ਦੇ ਵਿੱਚ ਨਜ਼ਰ ਆਉਂਦੀਆਂ ਨੇ ਉੱਧਰ ਦੇ ਮੁਕਾਬਲੇ ਅੱਛਾ ਜੀ ਹੁਣ ਕਮੀਆਂ ਤਾਂ ਬਹੁਤ ਨਹੀਂ ਹੁਣ ਕਮੀਆਂ ਜਿਵੇਂ ਸੁਣਾਊਂਗਾ ਤਾਂ ਸ਼ਾਮ ਹੋ ਜਾਣੀ ਸੁਣਾ ਦਿੰਦੇ ਬਟ ਮੈਂ ਤਾਂ ਚਾਹੁੰਦਾ ਥੋੜ੍ਹੀਆਂ ਤਿੰਨ ਚਾਰ ਜਿਹੜੀਆਂ ਮੇਨ ਮੇਨ ਆ ਸੋ ਸੁਣਾ ਦਿੰਦਾ ਜੀ ਇੱਕ ਤਾਂ ਘੱਟੋ ਘੱਟ ਇਹਨਾਂ ਸੌਣ ਪੀਣ ਖਾਣ ਪੀਣ ਦਾ ਰਹਿਣ ਸਹਿਣ ਦਾ ਅਤੇ ਟ੍ਰੇਨਿੰਗ ਦਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਦੇ ਵਿੱਚ ਬਹੁਤ ਜਿਵੇਂ ਕਿ ਪਲੇਅਰ ਅੱਗੇ ਆ ਸਕਦੇ ਆ ਜਿਵੇਂ ਸਾਨੂੰ ਇਹ ਚੀਜ਼ਾਂ ਦੀ ਬਹੁਤ ਚੰਗੀ ਤਰ੍ਹਾਂ ਮਿਲ ਜਾਂਦੀ ਹੈ ਜਿਸ ਹਿਸਾਬ ਨਾਲ ਚਾਹੀਏ ਜਿਵੇਂ ਕਿ ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਹਰ ਪਰਸੈਂਟ ਸਾਨੂੰ ਜਿਹੜਾ ਕੋਈ ਚਾਹੀਦਾ ਸਾਨੂੰ ਹਰ ਕੋਈ ਮਿਲਦਾ ਉੱਥੇ ਸਤਨਾਮ ਸਿੰਘ ਭਾਮਰਾ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਨਮਾਨ ਤੋਂ ਕਾਫੀ ਖੁਸ਼ ਨੇ ਪਰ ਉਹ ਭਾਰਤ ਦੇ ਸਪੋਰਟਸ ਸਟਰਕਚਰ ਦੇ ਵਿੱਚ ਤੇ ਭਾਰਤੀ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਮੰਗ ਕਰ ਰਹੇ ਨੇ ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਮੈਂ ਅਰਸ਼ਦੀਪ ਸਿੰਘ ਗਲੋਬਲ ਪੰਜਾਬ ਟੀਵੀ